ਸਾਡੇ ਆਉਣ ਤੋਂ ਪਹਿਲਾਂ ਬਹੁਤ ਜ਼ਿਆਦਾ ਆ ਗਈ ਅਤੇ ਸਾਰੇ ਸ਼ਹਿਰ ਦੀਆਂ ਗੱਡੀਆਂ ਮੰਗਾ ਕੇ ਅਤੇ ਪੈਟਰੋਲ ਕੀਤਾ। ਕਿੰਨੀਆਂ ਗੱਡੀਆਂ ਸਿਰ ਪਾਣੀ ਲੱਗ ਚੁੱਕੀਆਂ ਹੁਣ? 25 ਗੱਡੀਆਂ ਲੱਗ ਗਈਆਂ ਜੀ। ਅੰਮ੍ਰਿਤਸਰ ਤੋਂ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਫੈਕਟਰੀ ਦੇ ਵਿੱਚ ਭਿਆਨਕ ਅੱਗ ਲੱਗ ਗਈ ਅਤੇ ਅੱਗ ਲੱਗਣ ਦੀਆਂ ਤਸਵੀਰਾਂ ਨੇ ਜਿਹੜੀਆਂ ਉਹ ਵੀ ਸਾਹਮਣੇ ਆਈਆਂ ਨੇ। ਦੱਸ ਦਈਏ ਕਿ ਕੰਬਲ ਫੈਕਟਰੀ ਦੇ ਵਿੱਚ ਅੱਗ ਲੱਗੀ ਹੈ ਜਿਹੜੀ ਕਿ ਫੋਕਲ ਪੁਆਇੰਟ ਦੇ ਵਿੱਚ ਹੈ ਅਤੇ ਅਸਮਾਨ ਤੱਕ ਜਿਹੜੇ ਧੂੰਏ ਦਾ ਗੁਬਾਰ ਹੈ ਉਹ ਵੇਖਿਆ ਜਾ ਸਕਦਾ ਹੈ। ਕਿਸ ਤਰੀਕੇ ਦੇ ਨਾਲ ਅਸਮਾਨ ਤੱਕ ਜਿਹੜਾ ਧੂੰਆਂ ਹੈ ਉਹ ਚੜਿਆ ਹੋਇਆ ਦਿਖਾਈ ਦੇ ਰਿਹਾ ਹੈ ਅਤੇ ਇਲਾਕਾ ਹੈ ਜਿਹੜਾ ਉਹ ਨੇੜੇ ਰਿਹਾਇਸ਼ੀ ਇਲਾਕਾ ਹੈ ਜਿਸਦੇ ਵਿੱਚ ਭਗਦੜ ਮੱਚ ਗਈ ਹੈ। ਦਹਿਸ਼ਤ ਦੇ ਵਿੱਚ ਲੋਕ ਆ ਗਏ ਨੇ ਅਤੇ ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਸੱਦਿਆ ਗਿਆ ਜਿਨ੍ਹਾਂ ਦੇ ਵੱਲੋਂ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਦੱਸਿਆ ਜਾ ਰਿਹਾ ਕਿ ਸਵੇਰੇ ਕਰੀਬ 3 ਵਜੇ ਦੀ ਇਹ ਘਟਨਾ ਹੈ ਜਦੋਂ ਤੜਕ ਸਾਰ ਜਦੋਂ ਭਿਆਨਕ ਅੱਗ ਲੱਗ ਜਾਂਦੀ ਹੈ ਅਤੇ ਇਸ ਦੌਰਾਨ ਮਜ਼ਦੂਰ ਨੇ ਜਿਹੜੇ ਵਰਕਰ ਨੇ ਉਹ ਕੰਮ ਕਰ ਰਹੇ ਸੀ ਫੈਕਟਰੀ ਦੇ ਵਿੱਚ ਤਾਂ ਉਹਨਾਂ ਨੂੰ ਛੇਤੀ ਹੀ ਬਾਹਰ ਕੱਢ ਲਿਆ ਗਿਆ। ਖੁਸ਼ਕਿਸਮਤੀ ਰਹੀ ਇਸ ਦੇ ਵਿੱਚ ਕਿਸੇ ਤਰੀਕੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਫੈਕਟਰੀ ਦੇ ਵਿੱਚ ਰੱਖੇ ਜਿਹੜਾ ਮਟੀਰੀਅਲ ਸੀਗਾ ਉਸਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਅਤੇ ਨਾਲ ਹੀ ਜਿਹੜੀਆਂ ਤਸਵੀਰਾਂ ਨੇ ਸੋਸ਼ਲ ਮੀਡੀਆ 'ਤੇ ਹੁਣ ਤੇਜ਼ੀ ਨਾਲ ਵਾਇਰਲ ਹੋ ਗਈਆਂ ਨੇ ਕਿਉਂਕਿ ਜਿਹੜੀ ਅੱਗ ਹੈ ਉਹ ਬਹੁਤ ਹੀ ਬੁਰੇ ਤਰੀਕੇ ਦੇ ਨਾਲ ਲੱਗੀ ਹੈ ਅਤੇ ਕਾਫੀ ਜਿਹੜਾ ਨੁਕਸਾਨ ਹੈ ਉਹ ਫੈਕਟਰੀ ਦਾ ਹੋਇਆ ਹੈ। ਸਰ ਆਪਣਾ ਕੀ ਨਾਮ ਤੁਹਾਡਾ? ਮੇਰਾ ਜੀ ਬਲਦੇਵ ਸਿੰਘ ਨਾਮ ਹੈ। ਸਰ ਅੱਜ ਕਿਹੜੀ ਜਗ੍ਹਾ 'ਤੇ ਅੱਗ ਲੱਗੀ ਅਤੇ ਕੀ? ਫੋਕਲ ਪੁਆਇੰਟ ਥਾਣੇ ਦੇ ਸਾਹਮਣੇ ਲੱਗੀ ਅੱਗ ਜੀ। ਅਤੇ ਸਵੇਰੇ 3:35 'ਤੇ ਸਲਾਹ ਮਿਲੀ, ਨਾਲ ਹੀ ਫੋਕਲ ਪੁਆਇੰਟ ਫਾਇਰ ਸਟੇਸ਼ਨ ਸੇਵਾ ਸਮਿਤੀ ਸਾਰੇ ਹੀ ਸ਼ਹਿਰ ਦੇ ਸਟੇਸ਼ਨ ਕੱਢਦੇ। ਸਾਡੇ ਆਉਣ ਤੋਂ ਪਹਿਲਾਂ ਬਹੁਤ ਜ਼ਿਆਦਾ ਆ ਗਈ ਅਤੇ ਸਾਰੇ ਸ਼ਹਿਰ ਦੀਆਂ ਗੱਡੀਆਂ ਮੰਗਾ ਕੇ ਅਤੇ ਪੈਟਰੋਲ ਕੀਤਾ, ਅਜੇ ਵੀ ਚੱਲ ਰਿਹਾ ਵਾ। ਕਿੰਨੀਆਂ ਗੱਡੀਆਂ ਸਿਰ ਪਾਣੀ ਲੱਗ ਚੁੱਕੀਆਂ ਹੁਣ? 25 ਗੱਡੀਆਂ ਲੱਗ ਗਈਆਂ ਜੀ। ਅੱਗ ਲੱਗਣ ਦਾ ਕੋਈ ਕਾਰਨ ਪਤਾ ਲੱਗ ਪਾਇਆ? ਅਜੇ ਕੁਛ ਪਤਾ ਨਹੀਂ ਜੀ। ਕਿਆ ਇਹ ਜਾਂਚ ਹੋਏਗੀ ਇਸ ਚੀਜ਼ ਦੀ ਕਿ ਫੈਕਟਰੀ ਦੇ ਜਿਹੜਾ ਕਹਿ ਰਹੇ ਜ਼ਹਿਰੀਲਾ ਧੂੰਆਂ ਦੀ ਕਹਿ ਰਹੇ ਉੱਡ ਰਿਹਾ? ਸਾਰੇ ਸਾਡੇ ਅਫਸਰ ਸਮਾਨ ਆਏ ਆ, ਇਹਦੇ ਹੁਣ ਬਾਅਦ ਹੀ ਪਤਾ ਲੱਗੂ ਗੱਲ ਤਾਂ ਕਰਨਗੇ ਜੀ। ਕੋਈ ਜਾਨੀ ਮਾਲੀ ਨੁਕਸਾਨ ਸਰ ਇਹਦੇ ਵਿੱਚ? ਨਹੀਂ ਜੀ, ਮਾਲੀ ਤਾਂ ਚਲੋ ਹੋਣਾ ਜੀ, ਜਾਨੀ ਕੋਈ ਨੁਕਸਾਨ। ਇਲਾਕਾ ਨਿਵਾਸੀਆਂ ਦੇ ਕਾਫੀ ਮਤਲਬ ਸਹਿਮ ਦਾ ਮਾਹੌਲ, ਡਰ ਦਾ ਮਾਹੌਲ ਬਣਿਆ, ਕੀ ਕਹਿਣਾ ਚਾਹੋਗੇ? ਦੇਖੋ ਜੀ, ਧੂੰਆਂ ਬਹੁਤ ਜ਼ਿਆਦਾ, ਅੱਗ ਬਹੁਤ ਜ਼ਿਆਦਾ, ਸਹਿਮ ਦਾ ਮਾਹੌਲ ਬਣ ਹੀ ਜਾਂਦਾ, ਪਰ ਹੁਣ ਕੰਟਰੋਲ ਹੈ ਜੀ।